ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਸ਼ਵਨੀ ਸੇਖੜੀ, ਨਵਤੇਜ ਚੀਮਾ ਸਣੇ ਕਈ ਕਾਂਗਰਸੀ ਮੌਜੂਦ ਰਹੇ। ਸਿੱਧੂ ਨੇ ਰਾਜਪਾਲ ਕੋਲ ਸੂਬੇ ਦੀ ਵਿੱਤੀ ਹਾਲਤ, ਕਾਨੂੰਨ ਵਿਵਸਥਾ ਸਣੇ ਕਈ ਮੁੱਦੇ ਚੁੱਕੇ। ਇਸ ਦੌਰਾਨ ਉਹ ਸੂਬਾ ਸਰਕਾਰ ਤੇ ਵੀ ਜੰਮ ਕੇ ਵਰੇ। ਲੋਕਾਂ 'ਚ ਇੱਕ ਗੱਲ ਚਲੀ ਗਈ ਕਿ ਸੁਪਨਿਆਂ ਦੇ ਸੌਦਾਗਰ ਸੀ, ਇਹਨਾਂ ਝੂਠ ਵਿੱਚ ਇਹਨਾਂ ਸੱਤਾ ਹਾਸਲ ਕਰਨ ਦੇ ਲਈ ਉਹ ਝੂਠ ਵੇਲੇ ਬੋਲੇ ਜਿਨ੍ਹਾਂ ਨੇ ਵੰਡੀਆਂ ਪਾਤੀਆਂ ਪੰਜਾਬ। ਅਸਲ ਗੱਲ ਇਹ ਸੀ, ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ, ਪਿਛਲੇ ਇੱਕ ਸਾਲ ਤੋਂ ਕਹਿੰਦਾ ਰਿਹਾ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ ਹੋਣੀ ਚਾਹੀਦੀ ਹੈ ਤਾਂ ਸੁਪਨੇ ਸਾਕਾਰ ਹੁੰਦੇ ਆ। ਤੇ ਅੱਜ ਨਾ ਸਿਰਫ ਲੋਕਾਂ ਦੇ ਸੁਪਨੇ ਟੁੱਟੇ ਆ ਪਰ ਉਮੀਦ ਵੀ ਟੁੱਟੀ ਹੈ, ਔਰ ਜੋ ਅੱਜ ਤੱਕ ਪੰਜਾਬ 'ਚ ਕਦੇ ਨਹੀਂ ਹੋਇਆ ਵੰਡ ਪੈ ਗਈ ਹੈ। ਜਦੋਂ ਅਨਾਊਂਸਮੈਂਟ ਕੀਤੀ ਸੀ ਬਿਜਲੀ ਦੀ, ਇਹ ਨਹੀਂ ਸੀ ਕਿਹਾ ਕਿ ਇਸੇ ਕਿਸੇ ਇੱਕ ਵਰਗ ਨੂੰ ਅਸੀਂ ਦੇਵਾਂਗੇ, ਸਾਰਿਆਂ ਨੂੰ ਦੇਣ ਦਾ ਵਚਨ ਦਿੱਤਾ ਸੀ। ਤੇ ਅੱਜ ਪਹਿਲਾਂ ਤਾਂ ਜਨਰਲ ਕੈਟਾਗਰੀ ਤੋਂ ਮੁਕਰੇ ਤੇ ਫਿਰ ਸਾਡੇ ਭਾਈਚਾਰੇ, ਐਸਸੀ ਭਾਈਚਾਰੇ, ਐਸਟੀ ਭਾਈਚਾਰੇ, ਉਹਨਾਂ ਦੇ ਲਈ ਵੀ 1 ਕਿਲੋਵਾਟ ਤੇ ਉਤਰਿਆ। ਇਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਕੋਲ ਸਾਧਨ ਨਹੀਂ ਹੈ ਕਿ ਭਾਈ ਲਾਅ ਐਂਡ ਆਰਡਰ ਨੂੰ ਛੱਡ ਕੇ ਪੰਜਾਬ ਦੇ ਹਰ ਪੱਖ ਦੇ ਮਸਲੇ ਦਾ ਹੱਲ, ਇਨਕਮ ਹੈ ਉਹ ਨਹੀਂ ਜਨਰੇਟ ਹੋ ਰਹੀ। ਪੀਐਸਪੀਸੀਐਲ 17,000 ਕਰੋੜ ਰੁਪਈਏ ਦਾ ਬੈਂਕਾਂ ਤੋਂ ਕਰਜ਼ਾ ਲਈ ਬੈਠੀ ਹੈ, 20,000 ਕਰੋੜ ਦੀ ਸਰਕਾਰ ਦੀ ਦੇਣਦਾਰੀ ਹੈ, ਤਨਖਾਹ ਉਹਨਾਂ ਨੇ 500 ਕਰੋੜ ਰੁਪਈਆ ਕਰਜ਼ਾ ਲੈ ਕੇ ਦਿੱਤੀ ਹੈ। ਤੇ ਵੱਡੇ ਵੱਡੇ ਬਾਂਸ ਦੀ ਤਰ੍ਹਾਂ ਲੰਬੇ ਉੱਚੇ ਵਹਿਦੇ ਅੰਦਰੋਂ ਖੋਖਲੇ ਕਰਨ ਦੀ ਕੀ ਲੋੜ ਸੀ। ਪੰਜਾਬ ਦੀ ਵਿੱਤੀ ਸਥਿਤੀ ਸਰ ਦੇਸ਼ 'ਚ ਸਭ ਤੋਂ ਮਾੜੀ ਹੈ। ਮੈਨੂੰ ਬੜਾ ਦੁੱਖ ਹੁੰਦਾ, ਦੁਰਭਾਗਪੂਰਨ ਹੈ ਕਿ ਸਾਡੀ ਸਾਰੇ ਪੰਜਾਬੀਆਂ ਦੀ ਜਿਹੜੀ ਇਨਕਮ ਹੈ ਉਹਦਾ 55% ਹਿੱਸਾ ਕਰਜ਼ਿਆਂ 'ਚ ਜਾ ਰਿਹਾ, 85% ਪੰਜਾਬ ਦਾ ਜਿਹੜਾ ਬਜਟ ਹੈ ਉਹ ਜਾਂ ਤੇ ਤਨਖਾਹਾਂ 'ਚ, ਪੈਨਸ਼ਨਾਂ 'ਚ ਜਾਂ ਕਰਜ਼ਾ ਲੈਣ ਤੇ ਮੋੜਨ 'ਚ ਜਾ ਰਿਹਾ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ, ਪੰਜਾਬੀ ਸਾਡੀਆਂ ਬਾਵਾਂ, ABP ਸਾਂਝਾ। ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1929 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।